ਬਹੁਤ ਵੱਡੀ ਖੁਸ਼ਖਬਰੀ ਵੀ ਆ ਗੁਰੂ ਸਾਹਿਬ ਦੀ ਕਿਰਪਾ ਸਦਕੇ ਅੱਜ ਚਾਰ ਕਿਸਾਨ ਵੀਰਾਂ ਦੀ ਹੋਰ ਜ਼ਮਾਨਤ ਹੋਈ ਹੁਣੇ-ਹੁਣੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਇਸ ਉਪਰਾਲੇ ਸਦਕੇ ਅਰਮਾਨਦੀਪ son of ਕੁਲਦੀਪ ਸਿੰਘ ਜੋ ਕਿ ਬਠਿੰਡੇ ਤੋਂ ਨੇ ਬੰਦਪ੍ਰੀਤ ਸਿੰਘ ਜੀ son of ਹਰਚਰਨ ਸਿੰਘ ਜੋ ਕਿ ਬਠਿੰਡੇ ਤੋਂ ਨੇ ਅਮਰਜੀਤ ਸਿੰਘ son of ਜੈਬੀਰ ਸਿੰਘ हिसार ਹਰਿਆਣਾ ਤੋਂ ਆ ਔਰ ਅਨਿਲ son of ਧਰਮਪਾਲ ਜੋ ਕਿ ਜੀਨ ਤੋਂ ਨੇ ਇਹਨਾਂ ਚਾਰਾ ਵੀਰਾਂ ਦੀ ਜਿਹੜੀ ਐਫਆਈਆਰ ਨੰਬਰ 44/21 ਨਜਵਗੜ ਦੀ ਸੀ ਉਸ ਦੇ ਅੰਦਰ ਇਹਨਾਂ ਨੂੰ ਰੈਸਟ ਕੀਤਾ ਗਿਆ ਸੀ ਹਾਲਾਂਕਿ ਇਹ ਮੌਜੂਦ ਵੀ ਨਹੀਂ ਸੀ ਉੱਥੇ ਲੇਕਿਨ ਫਿਰ ਵੀ ਇਹਨਾਂ ਨੂੰ ਰੈਸਟ ਕਰਕੇ ਤੇ ਕਿਸੇ ਹੋਰ ਪੁਲਿਸ ਸਟੇਸ਼ਨ ਅਰੈਸਟ ਕੀਤਾ ਗਿਆ ਬਾਅਦ ਚ ਭੇਜ ਕੇ ਤੇ ਹੋਰ ਦਿੱਤਾ ਗਿਆ ਸੋ ਮੈਂ ਧੰਨਵਾਦ ਕਰਦਾ ਸਰਾਰ ਅਮਰਵੀਰ ਸਿੰਘ ਜੀ ਭੁੱਲਰ ਸਾਹਿਬ ਦਾ ਸਰਾਰ ਨਵਦੀਪ ਸਿੰਘ ਜੀ ਦਾ ਸਰਾਰ ਸ਼੍ਰੀ ਦਿਨੇਸ਼ ਮੁਤਕਿਲ ਜੀ ਦਾ ਔਰ ਰਜਿੰਦਰ ਸ਼ਾਹਦਾਵਤ ਐਡਵੋਕੇਟ ਸਾਹਿਬ ਦਾ ਜਿਨ੍ਹਾਂ ਦੇ ਅਤਕ ਪ੍ਰਯਾਸਾਂ ਸਦਕੇ ਸਾਨੂੰ ਇਹ ਕਾਮਯਾਬੀ ਹਾਸਲ ਹੋਈ ਮੈਂ ਫਿਰ ਤੋਂ ਅੱਜ ਇੱਕ ਵਾਰ ਅਪੀਲ ਕਰਨਾ ਚਾਹੁੰਦਾ ਹਾਂ ਜਿੱਥੇ 125 ਲੋਕਾਂ ਦੀ ਹੁਣ ਤੱਕ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਜ਼ਮਾਨਤਾਂ ਕਰਾ ਚੁੱਕੀ ਆ ਜਿਹੜੇ ਲੋਕ ਰਹਿ ਗਏ ਨੇ ਮੈਂ ਉਹਨਾਂ ਦੇ ਪਰਿਵਾਰਾਂ ਨੂੰ ਵਿਸ਼ਵਾਸਨ ਦਵਾਉਣਾ ਹੈ ਕਿ ਇਸ ਹਫ਼ਤੇ ਦੇ ਅੰਦਰ-ਅੰਦਰ ਸਾਡੀ ਕੋਸ਼ਿਸ਼ ਰਹੂਗੀ ਕਿ ਸਾਰੇ ਲੋਕਾਂ ਦੀ ਜ਼ਮਾਨਤਾਂ ਹੋ ਜਾਣ ਔਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਸਾਰਿਆਂ ਦੀ ਹੋ ਵੀ ਜਾਣਗੀਆਂ ਔਰ ਸਾਰੇ ਪਰਿਵਾਰਾਂ ਦੀ ਇਹ ਬਹੁਤ ਵੱਡੀ ਜਿੱਤ ਆ ਕਿਸਾਨੀ ਅੰਦੋਲਨ ਦੀ ਬਹੁਤ ਵੱਡੀ ਜਿੱਤ ਆ ਜਿਨ੍ਹਾਂ ਨੂੰ ਐਸੀਆਂ ਧਾਰਾਵਾਂ ਵਿੱਚ ਮੁਕਦਮੇ ਦਰਜ ਕੀਤੇ ਗਏ ਸੀ ਜਿਨ੍ਹਾਂ ਦੇ ਅੰਦਰ 6-6 7-7 ਮਹੀਨੇ ਸਾਲ-ਸਾਲ ਜਮਾਨਤਾਂ ਨਹੀਂ ਹੁੰਦੀਆਂ ਔਰ 10-10 ਸਾਲ ਔਰ ਉਮਰ ਕੈਦ ਤੱਕ ਦੀਆਂ ਸਜ਼ਾਵਾਂ ਸੀ ਗੁਰੂ ਸਾਹਿਬ ਦੀ ਕਿਰਪਾ ਸਦਕੇ ਸਾਰੇ ਹੀ ਕਿਸਾਨ ਜੇਲ੍ਹਾਂ ਤੋਂ ਬਾਹਰ ਆ ਗਏ